डॉक्टर अमर सिंह आजाद अते होर सेहत माहिरां दे मुताबक सदा तंदरुस्त रहण दे नुक्ते गुरबाणी सेदत खेती दी गल मसले सारे करेगी हल। संपूर्ण खेती पूरन रोजगार जहर युक्त तो जहर मुक्त बल एक सफर फगवाड़ा गुड ग्रो क्रॉपिंग सिस्टम दे सफल खेती मॉडल दे नाल नाल होर सहायक कितियां तो इलावा समाजिक आर्थिक अते राजनैतिक मसलियां नाल संबंधित जानकारी चाहुंदे हो तां तुसी तुहाडा अपना मनुक्ता पक्षी यूट्यूब दरबारे खालसा चैनल सब्सक्राइब करो अते शेयर करके प्रचार विच हिस्सा पाओ। चलो वाहेगुरु जी का खालसा वाहेगुरु जी की फतेह। अज असी दरबारे खालसे की टीम आ असी पहुंचे आ मलेरकोटला कोले मास्टर जोगा सिंह दी नर्सरी दे विच ते नर्सरी नूं देख के जिहड़ा मन आ उह बहुत खुश हुंदा गा। इस दे विच अज असी जिहड़े दवा पौधे आ जिहड़े साडी जिंदगी दे विच काम आउंदे ने रोजाना असी वरतों विच लिआउणे आ जिहदे बारे डॉक्टर अमर सिंह जी याद तुसी आम ही अपने चैनल ते सुणिआ होवेगा उहनां दा कि उहनां वल्लों जिहड़ा हैगा उह दस्सिआ जांदा दवा पौधिआं दा कि असी काढ़े पीणे आ जिहड़े पत्ते यूज करने आ तां उह असीं जदों लगातार उहनूं वरतदे आ तां किहड़ियां किहड़ियां बीमारियां दूर हो जांदियां ते उह सानूं जिहड़ियां हैगियां अपने घरां दे विच गमलिआं दे विच पौधे ला के जां आपणे कोल जगह खाली आ उत्थे ला के किवें यूज करना उन्हां दी पूरी जानकारी जिहड़ी तां जो कि साडे घरे उह पौधे हरे भी हो सकन वधन फुल्लण भी ते असीं उहनूं वध तों वध फायदा लै सकीए। मास्टर जोगा सिंह जी तों असीं पूरी इहनां दी जानकारी लवांगे तां जो कि साडे जिहड़े पाठक ने जिहड़े साडे वीर ने उह अपने घरां दे विच इह पौधे ला के अपने घरां दी रसोई आ जिहड़ी उह वधिया बना सकन अपनी सेहत तंदरुस्त रख सकन ते उहनां तों असीं जानकारी लैणी आ। मास्टर जोगा सिंह जी ਹਾਂਜੀ ਮਾਸਟਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂ ਮਾਸਟਰ ਜੀ ਇੱਕ ਤਾਂ ਇਹ ਆਪਣਾ ਲੋਕੇਸ਼ਨ ਪੂਰੀ ਜਾਣ ਇਹ ਕਿਹੜੀ ਜਗ੍ਹਾ ਜੀ ਕਦੋਂ ਤੁਸੀਂ ਨਰਸਰੀ ਸ਼ੁਰੂ ਕੀਤੀ ਉਹ ਜਾਣਕਾਰੀ ਦਿਓ ਜੀ। ਇਹ ਆਪਣੀ ਨਰਸਰੀ ਜਿਹੜੀ ਹੈਗੀ ਧੂਰੀ ਮਲੇਰਕੋਟਲਾ ਰੋਡ ਦੇ ਉੱਪਰ ਪਿੰਡ ਸੰਗਾਲਾ ਵਿਖੇ ਸਥਿਤ ਆ। ਸੋ ਨਰਸਰੀ ਦਾ ਨਾਮ ਹੈਗਾ ਨੇਚਰ ਵਿਊ ਨਰਸਰੀ ਫਾਰਮ। ਸੋ ਇਹ ਮਲੇਰਕੋਟਲਾ ਤਕਰੀਬਨ 6 ਕਿਲੋਮੀਟਰ ਦੀ ਦੂਰੀ 'ਤੇ ਆ। ਸੋ ਇਹ ਨਰਸਰੀ ਜਿਹੜੀ ਹੈਗੀ ਆ ਵੈਸੇ ਤਾਂ ਅਸੀਂ ਤਕਰੀਬਨ 12 ਸਾਲ ਤੋਂ ਨਰਸਰੀ ਚਲਾ ਰਹੇ ਹਾਂ। ਸੋ ਇਸ ਜਗ੍ਹਾ ਦੇ ਉੱਪਰ ਅਸੀਂ ਪਿਛਲੇ ਸਵਾ 4 ਸਾਲ ਤੋਂ ਇਹ ਨਰਸਰੀ ਦਾ ਜਿਹੜਾ ਹੈਗਾ ਕੰਮ ਇੱਥੇ ਸ਼ੁਰੂ ਕੀਤਾ। ਸੋ ਮੇਰਾ ਮੇਨ ਜਿਹੜਾ ਫੋਕਸ ਹੈਗਾ ਉਹ ਇਸੇ ਚੀਜ਼ ਦੇ ਉੱਤੇ ਆ ਵੀ ਅਸੀਂ ਆਪਣੇ ਜਿਹੜੇ ਲੋਕ ਨੇ ਇਹਨਾਂ ਨੂੰ ਜਾਗਰਤ ਕਰੀਏ ਇਹਨਾਂ ਦੀ ਸਿਹਤ ਬਾਰੇ, ਕਿਉਂਕਿ ਨੇਚਰ ਨੇ ਕੁਦਰਤ ਨੇ ਸਾਨੂੰ ਬਹੁਤ ਕੁਛ ਦਿੱਤਾ ਜਿਹੜਾ ਕਿ ਸਾਡੇ ਅੰਗ ਸੰਗੇ ਹੁੰਦਾ, ਕਿਉਂਕਿ ਅੱਜ ਕੱਲ੍ਹ ਆਪਾਂ ਦੇਖ ਰਹੇ ਹਾਂ ਪ੍ਰਦੂਸ਼ਣ ਬਹੁਤ ਜ਼ਿਆਦਾ ਆ, ਕੁਛ ਜ਼ਹਿਰਾਂ ਦਾ ਜ਼ਿਆਦਾ ਸਪਰੇਅ ਹੋਣ ਕਰਕੇ ਜੋ ਅਸੀਂ ਖਾਂਦੇ ਹਾਂ ਉਹਦੇ ਨਾਲ ਸਾਡੇ ਸਰੀਰ ਦੇ ਉੱਤੇ ਬੜੇ ਮਾੜੇ ਪ੍ਰਭਾਵ ਪੈ ਰਹੇ ਨੇ ਅਤੇ ਮਨੁੱਖ ਦਿਨ ਬ ਦਿਨ ਜਿਹੜੇ ਹੈਗਾ ਬਿਮਾਰੀਆਂ ਦੇ ਵਿੱਚ ਗ੍ਰਸਤ ਹੋ ਜਾ ਰਿਹਾ। ਸੋ ਸਾਡੀ ਕੋਸ਼ਿਸ਼ ਇਹ ਹੈ ਵੀ ਲੋਕਾਂ ਨੂੰ ਇਹਨਾਂ ਚੀਜ਼ਾਂ ਤੋਂ ਮੁਕਤ ਕਰਕੇ ਸਿਹਤਮੰਦ ਕੀਤਾ ਜਾਵੇ। ਸੋ ਆਪਣਾ ਜਿਹੜਾ ਪ੍ਰਣਾਲੀ ਪੁਰਾਣੀ ਆਯੁਰਵੈਦਿਕ ਪ੍ਰਣਾਲੀ ਜਿਹੜੀ ਹੈਗੀ ਆ, ਪਹਿਲਾਂ ਜਿਹੜਾ ਇਲਾਜ ਸੀਗੇ ਉਹ ਜੜੀਆਂ ਬੂਟੀਆਂ ਦੇ ਨਾਲ ਕੀਤਾ ਜਾਂਦਾ ਸੀ। ਸੋ ਇਸ ਕਰਕੇ ਮੈਂ ਇੱਕ ਕੋਸ਼ਿਸ਼ ਕੀਤੀ ਆ ਅਤੇ ਕੁਝ ਜਿਹੜੀਆਂ ਜੜੀਆਂ ਬੂਟੀਆਂ ਨੇ ਸਾਡੇ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਕੰਮ ਆਉਂਦੀਆਂ ਨੇ ਅਤੇ ਜਿਨ੍ਹਾਂ ਨੂੰ ਅਸੀਂ ਵਰਤ ਕੇ ਨਿਰੋਗ ਰਹਿ ਸਕਦੇ ਹਾਂ ਉਹ ਆਪਾਂ ਨੇ ਆਪਣੀ ਨਰਸਰੀ ਦੇ ਵਿੱਚ ਰੱਖੀਆਂ ਹੋਈਆਂ ਨੇ ਅਤੇ ਉਹਨਾਂ ਬਾਰੇ ਆਪਾਂ ਲੋਕਾਂ ਨੂੰ ਜਾਣਕਾਰੀ ਵੀ ਦੇ ਰਹੇ ਹਾਂ, ਘਰੇ ਲਗਾਉਣ ਵਾਸਤੇ ਵੀ ਦੇ ਰਹੇ ਹਾਂ ਤਾਂ ਕਿ ਉਹ ਹਰ ਰੋਜ਼ ਆਪਣੇ ਰੂਟੀਨ ਦੇ ਵਿੱਚ ਵਰਤ ਕੇ ਤੰਦਰੁਸਤ ਰਹਿ ਸਕੇ। ਸੋ ਇਸ ਤਰ੍ਹਾਂ ਦਾ ਮੇਰੇ ਇੱਕ ਉਪਰਾਲਾ ਹੈ। ਹਾਂ ਬਹੁਤ ਵਧੀਆ ਉਪਰਾਲਾ ਜੀ, ਤੁਹਾਨੂੰ ਸਲਾਹਾਂ ਜੋਗਾ ਅਤੇ ਇੱਥੋਂ ਲੈ ਕੇ ਵੀ ਗਏ ਸੀ ਬੂਟੇ ਉਹ ਵਧੀਆ ਚੱਲ ਰਹੇ ਨੇ ਫਾਇਦਾ ਲੈ ਰਹੇ ਹਾਂ ਅਤੇ ਤੁਸੀਂ ਇਹਦੇ ਬਾਰੇ ਜਿਹੜੀ ਹੈਗੀ ਆ ਸਟੱਡੀ ਤੁਹਾਡੀ ਜਾਂ ਇਸ ਬਾਰੇ ਜਾਣਕਾਰੀ ਜਿਵੇਂ ਕਿ ਤਾਂ ਜੋ ਕਿ ਲੋਕਾਂ ਦੇ ਘਰੇ ਦੋ ਲਾਉਣਗੇ ਉਹਨਾਂ ਦੇ ਪ੍ਰੋਪਰ ਤਰੀਕੇ ਨਾਲ ਉਹ ਪੈਦਾ ਵੀ ਹੋ ਜਾਣ ਅਤੇ ਤੁਹਾਡੀ ਇਹਦੀ ਜਿਹੜੀ ਇਹ ਸਟੱਡੀ ਕੀ ਆ ਜੀ? ਹਾਂ ਵੈਸੇ ਮੇਰੀ ਜਿਹੜੀ ਸਟੱਡੀ ਆ ਮੈਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਪੜ੍ਹਿਆ, ਬੀਐਸਸੀ ਕਲਚਰ ਓਨਰ ਮੇਰੀ ਜਿਹੜੀ ਹੈਗੀ ਆ ਡਿਗਰੀ ਆ। ਸੋ ਮੈਂ ਟੀਚਿੰਗ ਦੇ ਵਿੱਚ ਰਿਹਾ ਕਿਉਂਕਿ ਸਕੂਲਾਂ ਦੇ ਵਿੱਚ ਇੱਕ ਐਗਰੀਕਲਚਰ ਮਾਸਟਰ ਦੀ ਪੋਸਟ ਹੁੰਦੀ ਆ ਜਿਹਦੇ ਘਰ ਵਿੱਚ ਬੱਚਿਆਂ ਨੂੰ ਜਿਹੜਾ ਹੈਗਾ ਐਗਰੀਕਲਚਰ ਜਾਂ ਖੇਤੀਬਾੜੀ ਦਾ ਵਿਸ਼ਾ ਪੜ੍ਹਾਇਆ ਜਾਂਦਾ ਜਿਹਦੇ ਵਿੱਚ ਖੇਤੀਬਾੜੀ ਸੰਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ, ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਵੀ ਜਿਹੜਾ ਸਾਡਾ ਸੂਬਾ ਹੈਗਾ ਇਹ ਖੇਤੀ ਪ੍ਰਧਾਨ ਸੂਬਾ, ਮੇਨ ਸਾਡੀ ਜਿਹੜੀ ਇਕੋਨਮੀ ਆ ਇਹ ਖੇਤੀਬਾੜੀ 'ਤੇ ਨਿਰਭਰ ਕਰਦੀ ਹੈ। ਸੋ ਸਾਡੇ ਪੇਂਡੂ ਪਿਛੋਕੜ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਖੇਤੀਬਾੜੀ ਬਾਰੇ ਜਾਣਕਾਰੀ ਹੋਣੀ ਬੜੀ ਲਾਜ਼ਮੀ ਆ। ਸੋ ਇਸ ਕਰਕੇ ਮੇਰਾ ਇਹ ਆਪਣਾ ਵਿਸ਼ਾ ਹੈਗਾ, ਮੈਂ ਇਹ ਵਿਸ਼ੇ ਨੂੰ ਹੀ ਅੱਗੇ ਜਿਹੜਾ ਹੈਗਾ ਹਾਈਲਾਈਟ ਕਰ ਰਿਹਾ ਅਤੇ ਲੋਕਾਂ ਦੇ ਵਿੱਚ ਇਸ ਨੂੰ ਲੈ ਕੇ ਜਾ ਰਿਹਾ ਅਤੇ ਇਹਦੀ ਜਾਣਕਾਰੀ ਜਿਹੜੀ ਹੈਗੀ ਆਪਾਂ ਕਿਸਾਨਾਂ ਨੂੰ ਦੇ ਰਹੇ ਹਾਂ। ਬਹੁਤ ਵਧੀਆ ਜੀ, ਅਤੇ ਫਿਰ ਆਪਾਂ ਸ਼ੁਰੂ ਕਰਦੇ ਜੀ ਵੀਡੀਓ ਨਾ ਹੋਵੇ ਤਾਂ ਜੋ ਕਿ ਆਸਵਰਨ ਸਿੰਘ ਜੀ ਆ ਜਾਓ ਤੁਸੀਂ ਨੇੜ ਨੂੰ, ਬੂਟੇ ਆ ਜਿਹੜੇ ਦਵਾ ਪੌਦੇ ਜੀ ਇਹਨਾਂ ਬਾਰੇ ਤੁਸੀਂ ਸਾਨੂੰ ਜਾਣਕਾਰੀ ਦਿਓ।
ਸਾਰੇ ਕੱਲੇ ਕੱਲੇ ਵਾਲੇ ਕਹਿੰਦੇ ਕੀ ਪਾਉਣ ਨੇ ਤੇ ਕਦੋਂ ਇਹ ਲੱਗ ਜਾਣਗੇ ਤੇ ਕਿਵੇਂ ਗਮਲਿਆਂ ਚ ਹੋ ਸਕਦੇ ਨੇ ਕਿਹੜੀ ਥੱਲੇ ਹੋ ਪ੍ਰੋਪਰ ਜਾਣਕਾਰੀ ਐ ਪ੍ਰੋਪਰ ਜਾਣਕਾਰੀ ਆ ਜਿਹੜੀ ਐ ਆਜੋ ਤੁਸੀਂ ਨੂੰ ਆਈ ਜੋ ਆਵਾਜ਼ ਆਈ ਜਾਊਗੀ ਵਿੱਚ ਹਾਂਜੀ ਸੋ ਇਹ ਪੌਦਾ ਹੈ ਜੀ ਗਲੋ ਦਾ ਹਾਂਜੀ ਸੋ ਗਲੋ ਨੂੰ ਅੰਮ੍ਰਿਤਾ ਵੇਲ ਵੀ ਕਿਹਾ ਜਾਂਦਾ ਹਾਂਜੀ ਕਿਉਂਕਿ ਇਹਦੇ ਵਿੱਚ ਔਸ਼ਧੀ ਗੁਣ ਹੀ ਬਹੁਤ ਜ਼ਿਆਦਾ ਨੇ ਸੋ ਇਸ ਦੇ ਜਿਹੜਾ ਹੈਗਾ ਆਹ ਮੇਰੇ ਲਿਖੇ ਹੋਏ ਨੇ ਗੁਣ ਇਹ ਟਾਈਫਾਇਡ ਡੇਂਗੂ ਜੋੜਾਂ ਦਾ ਦਰਦ ਖੁਜਲੀ ਉਲਟੀ ਆਦਿ ਜਿਹੜੀਆਂ ਬਿਮਾਰੀਆਂ ਨੇ ਇਹਨਾਂ ਨੂੰ ਠੀਕ ਕਰਨ ਦੇ ਵਿੱਚ ਬੜੀ ਸਹਾਈ ਹੁੰਦੀ ਆ ਸੋ ਇਹਦੀ ਵਰਤੋਂ ਜਿਹੜੀ ਹੈਗੀ ਆ ਅਸੀਂ ਬੜੀ ਆਸਾਨੀ ਨਾਲ ਕਰ ਸਕਦੇ ਹਾਂ ਇਹਦੀ ਜਿਹੜੀ ਡੰਡੀ ਹੈਗੀ ਆ ਕੋਈ 4 ਇੰਚ ਡੰਡੀ ਲਓ ਇਸ ਨੂੰ ਅਸੀਂ ਰਾਤ ਨੂੰ ਘੁੱਟ ਕੇ ਪਾਣੀ ਦੇ ਵਿੱਚ ਭਿਉਂ ਦਿਓ ਉਹ ਪਾਣੀ ਸਵੇਰੇ ਉੱਠ ਕੇ ਪੀਓ ਡੰਡੀ ਨੂੰ ਸੁੱਟਣਾ ਨਹੀਂ ਆਪਾਂ ਨੇ ਉਹੀ ਡੰਡੀ ਜਿਹੜੀ ਹੈਗੀ ਆ ਪਾਣੀ ਹੋਰ ਪਾਓ ਤੇ ਉਹ ਦੁਬਾਰਾ ਇਸਤੇਮਾਲ ਹੋ ਜਾਂਦੀ ਹੈ ਸੋ ਮਤਲਬ ਕਿ ਦੋ ਵਾਰ ਆਪਾਂ ਜਿਹੜਾ ਹੈਗਾ ਇਸ ਨੂੰ ਪੀ ਸਕਦੇ ਸੋ ਇਹ ਬਹੁਤ ਹੀ ਗੁਣਕਾਰੀ ਮਤਲਬ ਕਿ ਔਸ਼ਧੀ ਪਲਾਂਟ ਆ ਜੇ ਇਹ ਨਿੰਮ ਤੇ ਚੜੀ ਹੋਵੇ ਉਹ ਜ਼ਿਆਦਾ ਗੁਣਕਾਰੀ ਮੰਨੀ ਗਈ ਆ ਕਿਉਂ ਕਿਉਂਕਿ ਇਹਦੇ ਵਿੱਚ ਇੱਕ ਗੁਣ ਆ ਅੰਮ੍ਰਿਤਾ ਵੇਲ ਦੇ ਵਿੱਚ ਜਾਂ ਗਲੋ ਦੇ ਵਿੱਚ ਵੀ ਜਿਹੜੇ ਪੌਦੇ ਤੇ ਚੜ੍ਹਦੀ ਆ ਉਹਦੇ ਗੁਣ ਗ੍ਰਹਿਣ ਕਰ ਲੈਂਦੀ ਆ ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਵੀ ਜਿਹੜਾ ਨਿੰਮ ਹੈਗਾ ਇਹ ਵੀ ਇੱਕ ਔਸ਼ਧੀ ਵਾਲਾ ਪੌਦਾ ਤੇ ਇਹਦੇ ਵੀ ਬਹੁਤ ਸਾਰੇ ਗੁਣ ਨੇ ਸੋ ਅਗਲਾ ਜਿਹੜਾ ਪੌਦਾ ਹੈਗਾ ਜੀ ਇਹ ਹੈਗੀ ਸਤਾਵਰ ਸਤਾਵਰ ਇਹ ਇੱਕ ਵੇਲ ਰੂਪੀ ਪੌਦਾ ਜੀ ਇਹਦੀਆਂ ਜੜਾਂ ਕੰਮ ਆਉਂਦੀਆਂ ਨੇ ਸੋ ਇਹਦੀ ਜੜਾਂ ਨੂੰ ਜਿਹੜਾ ਛਾਂ ਦੇ ਵਿੱਚ ਸੁਕਾ ਕੇ ਇਹਨੂੰ ਪੁੱਟ ਕੇ ਉਹਦੀ ਵਰਤੋਂ ਕੀਤੀ ਜਾਂਦੀ ਆ ਜਿਸ ਤਰ੍ਹਾਂ ਕਿ ਲਿਖਿਆ ਹੋਇਆ ਨਿੰਦਰਾ ਰੋਗ ਰਤੌਂਦੀ ਸਿਰ ਪੀੜ ਸੁੱਕੀ ਖੰਘ ਦੇ ਵਿੱਚ ਇਹ ਕਾਫੀ ਫਾਇਦੇਮੰਦ ਆ ਸੋ ਇਹਦਾ ਜੜਾਂ ਦਾ ਜਿਹੜਾ ਪਾਊਡਰ ਆ ਉਹ ਅਸੀਂ ਇਸਤੇਮਾਲ ਕਰ ਸਕਦੇ ਹਾਂ ਸੋ ਤਾਜ਼ੀ ਜੜ ਵੀ ਇਹਦੀ ਵਰਤ ਸਕਦੇ ਹਾਂ ਅਸੀਂ ਤਾਜ਼ੀ ਜੜ ਅਸੀਂ ਕੱਢੋ ਇੱਕ ਕੱਢ ਕੇ ਜਿਸ ਤਰ੍ਹਾਂ ਅਸੀਂ ਲਸਣ ਨੂੰ ਛਿਲਦੇ ਹਾਂ ਕੱਢ ਕੇ ਉਹਨੂੰ ਕੱਟ ਕੇ ਥੋੜਾ ਇੱਕ ਚਮਚ ਦੇਸੀ ਘਿਓ ਦੇ ਵਿੱਚ ਪਾ ਕੇ ਇਸ ਨੂੰ ਖਾ ਸਕਦੇ ਹਾਂ ਨਾਲ ਇੱਕ ਗਲਾਸ ਦੁੱਧ ਦਾ ਪੀ ਲਓ ਤੇ ਸਾਡੇ ਸਰੀਰ ਵਾਸਤੇ ਬਹੁਤ ਹੀ ਫਾਇਦੇਮੰਦ ਜਿਹੜੀ ਹੈਗੀ ਆ ਜੜੀ ਬੂਟੀ ਹੈ ਇਸ ਤੋਂ ਅੱਗੇ ਆ ਜਾਂਦਾ ਸਾਡਾ ਪੀਲਾ ਬਾਂਸਾ ਹਾਂ ਜਿਹੜਾ ਪੀਲਾ ਬਾਂਸਾ ਹੈਗਾ ਇਹ ਕਫਨਾਸ਼ਕ ਆ ਕਫ ਤੋਂ ਭਾਵ ਹੈਗਾ ਬਲਗਮ ਬਣਦੀ ਆ ਕਿਉਂਕਿ ਹੁਣ ਜਿਸ ਤਰ੍ਹਾਂ ਅੱਜ ਕੱਲ੍ਹ ਮੌਸਮ ਚੇਂਜ ਹੋ ਰਿਹਾ ਤੁਸੀਂ ਦੇਖੋਗੇ ਤਕਰੀਬਨ ਲੋਕਾਂ ਦੇ ਗਲ ਖਰਾਬ ਹੋਣਗੇ ਹੋਰ ਹੋਊਗਾ ਸੋ ਉਹਦੇ ਤੋਂ ਬਚਾਉਣ ਦੇ ਲਈ ਜਿਹੜਾ ਹੈਗਾ ਇਹਦੇ 4-5 ਪੱਤੇ ਲਓ ਇਹਦਾ ਕਾੜਾ ਜਿਹੜਾ ਹੈਗਾ ਉਹ ਪੀਣ ਦੇ ਨਾਲ ਜਿਹੜਾ ਹੈ ਜਿਹੜਾ ਕੋਈ ਵੀ ਮਨੁੱਖ ਆ ਉਹ ਠੀਕ ਹੋ ਜਾਂਦਾ ਇਹ ਬੂਟਾ ਜਿਹੜਾ ਹੈਗਾ ਕੋਈ 4-4.5 ਫੁੱਟ ਦੀ ਹਾਈਟ ਤੱਕ ਹੋ ਜਾਂਦਾ ਗਮਲੇ 'ਚ ਚੱਲੂਗਾ ਗਮਲੇ 'ਚ ਵੀ ਚੱਲਦਾ ਧਰਤੀ 'ਚ ਵੀ ਚੱਲਦਾ ਠੀਕ ਹੈ ਠੀਕ ਹੈ ਜੀ ਇਹ ਸਾਡਾ ਰੁਟੀਨ 'ਚ ਵਰਤੋਂ 'ਚ ਆਉਣ ਵਾਲੀ ਚੀਜ਼ ਹੈਗੀ ਆ ਠੀਕ ਹੈ ਜੀ ਠੀਕ ਹੈ ਇਸ ਤੋਂ ਅੱਗੇ ਹੈਗਾ ਅਜਵਾਇਣ ਹਾਂਜੀ ਜਿਹੜੀ ਅਜਵਾਇਣ ਹੈਗੀ ਆ ਇਹ ਸਾਡੇ ਪਾਚਨ ਤੰਤਰ ਨੂੰ ਸਾਡੀ ਪਾਚਨ ਸ਼ਕਤੀ ਨੂੰ ਜਿਹੜੀ ਆ ਮਜ਼ਬੂਤ ਕਰਦੀ ਹੈ ਸੋ ਇਹਨੂੰ ਅਜਵਾਇਣ ਪੱਤਾ ਕਹਿੰਦੇ ਨੇ ਹਾਂਜੀ ਸੋ ਇਸ ਦਾ ਇਸਤੇਮਾਲ ਅਸੀਂ ਚਟਣੀ ਦੇ ਵਿੱਚ ਹਾਂਜੀ ਜਾਂ ਸਬਜ਼ੀ ਦੇ ਵਿੱਚ ਪਾ ਕੇ ਕਰ ਸਕਦੇ ਹਾਂ ਠੀਕ ਹੈ ਸੋ ਇਹ ਵੀ ਅਸੀਂ ਗਮਲੇ ਦੇ ਵਿੱਚ ਆਸਾਨੀ ਨਾਲ ਜਿਹੜੀ ਪੈਦਾ ਕਰ ਸਕਦੇ ਹਾਂ ਇਹਦੀ ਕੋਈ ਦਿੱਕਤ ਨਹੀਂ ਚਾਜ ਵੀ ਇੱਕ ਪੱਤਾ ਪਾ ਲਿਆ ਚਾਜ ਵੀ ਪਾ ਸਕਦੇ ਹਾਂ ਠੀਕ ਹੈ ਕਿਉਂਕਿ ਪਾਚਕ ਆ ਠੀਕ ਹੈ ਜੀ ਸੋ ਮਤਲਬ ਸਾਡਾ ਜੋ ਵੀ ਖਾਧਾ ਪੀਤਾ ਹੈਗਾ ਉਸ ਨੂੰ ਇਹ ਹਜ਼ਮ ਕਰ ਦਿੰਦੀ ਆ ਸੋ ਅਸੀਂ ਹਰ ਰੋਜ਼ ਆਪਣੀ ਡਾਈਟ ਦੇ ਵਿੱਚ ਇਹਦਾ ਇਸਤੇਮਾਲ ਕਰ ਸਕਦੇ ਹਾਂ ਬਹੁਤ ਵਧੀਆ ਹਾਂਜੀ ਆਹ ਜਿਹੜਾ ਹੈਗਾ ਪੌਦਾ ਜੀ ਇਹਨੂੰ ਵਰਤ ਕਹਿੰਦੇ ਆ ਹਾਂਜੀ ਮੈਂ ਇਹਦੇ ਗੁਣ ਵੀ ਲਿਖ ਕੇ ਲਾਏ ਨੇ ਸੋ ਜਿਹੜੀ ਵਰਤ ਹੈਗੀ ਆ ਇਹ ਵੀ ਮਤਲਬ ਕਿ ਸਾਡੇ ਹਾਜ਼ਮੇ ਵਾਸਤੇ ਆ ਮੇਨ ਕਈ ਵਾਰ ਸਾਤੋਂ ਖਾਧਾ ਪੀਤਾ ਜਾਂਦਾ ਵੱਧ ਖਾ ਜਾਂਦੇ ਆ ਪਚਦਾ ਨਹੀਂ ਹੈ ਅਫਾਰਾ ਹੋ ਜਾਂਦਾ ਸੋ ਤੁਸੀਂ ਇਹਦੇ ਪੱਤਿਆਂ ਨੂੰ ਜਿਹੜਾ ਹੈਗਾ ਸੁਕਾ ਕੇ ਇਹਦਾ ਚੂਰਨ ਬਣਾ ਕੇ ਆਪਣੇ ਘਰ ਰੱਖ ਸਕਦੇ ਠੀਕ ਹੋ ਜੂ ਬਾਕੀ ਇਹਦੀਆਂ ਜੜਾਂ ਵੀ ਬੜੀਆਂ ਕਮਾਲ ਦੀਆਂ ਨੇ ਜੜਾਂ ਨੇ ਜਿਹੜੀਆਂ ਇਹਨੂੰ ਅਸੀਂ ਕੱਟ ਕੇ ਦੁੱਧ ਚ ਉਬਾਲ ਸਕਦੇ ਜਿਹੜਾ ਹੈਗਾ ਕੋਈ ਮੰਦ ਬੁੱਧੀ ਬੱਚਾ ਹੈਗਾ ਉਸ ਨੂੰ ਵੀ ਦੇ ਸਕਦੇ ਆ ਉਹਦੇ ਨਾਲ ਵੀ ਉਸਨੂੰ ਜਿਹੜਾ ਹੈਗਾ ਫਾਇਦਾ ਸੋ ਇਹ ਗਮਲੇ 'ਚ ਵੀ ਲੱਗ ਸਕਦੀ ਆ ਧਰਤੀ 'ਚ ਵੀ ਲੱਗ ਸਕਦੀ ਆ ਧਰਤੀ ਦੇ ਵਿੱਚ ਇਹਦੇ ਜ਼ਿਆਦਾ ਫੈਲਦੀ ਆ ਉਹ ਜ਼ਿਆਦਾ ਗੁਣਕਾਰੀ ਆ ਧਰਤੀ 'ਚ ਲਾਉਣਾ ਲਾਭਦਾਇਕ ਆ ਇਹ ਮਸਾਲੇ ਵਾਲਾ ਪੌਦਾ ਹੈਗਾ ਜੀ ਆਲ ਸਪਾਈਸ ਆਲ ਸਪਾਈਸ ਸੋ ਇਸ ਦੇ ਜਿਹੜੇ ਪੱਤੇ ਨੇ ਇਹਨਾਂ ਦੇ ਵਿੱਚ ਕਾਫੀ ਸੁਗੰਧੀ ਆ ਇਹਦੇ 'ਚ ਲੌਂਗ ਦਾ ਵੀ ਅਸਰ ਹੈਗਾ ਦਾਲ ਚੀਨੀ ਵੀ ਹੈਗੀ ਆ ਤੇਜ਼ ਪੱਤਾ ਵੀ ਹੈਗਾ ਇਸ ਕਰਕੇ ਇਹਨੂੰ ਆਲ ਸਪਾਈਸ ਕਿਹਾ ਜਾਂਦਾ ਸਾਰੇ ਮਸਾਲੇ ਆ ਗਏ ਸਾਰੇ ਮਸਾਲੇ ਆ ਜਾਂਦੇ ਨੇ ਇਹਦੇ ਵਿੱਚ
ਸੋ ਇਹਦਾ ਇਸਤੇਮਾਲ ਜਿਹੜਾ ਹੈਗਾ ਅਸੀਂ ਹਰ ਰੋਜ਼ ਕਰ ਸਕਦੇ ਹਾਂ। ਇਹਦਾ ਪੱਤਾ ਤੋੜ ਕੇ ਅਸੀਂ ਚਾਹ ਦੇ ਵਿੱਚ ਵੀ ਪਾ ਸਕਦੇ ਹਾਂ ਤੇ ਜਿਹੜੀ ਸਬਜ਼ੀ ਬਣਾਉਣਾ ਹੈ ਸਬਜ਼ੀ ਦੇ ਵਿੱਚ ਵੀ ਇਹਦਾ ਇਸਤੇਮਾਲ ਕਰ ਸਕਦੇ ਹਾਂ। ਇਹ ਵੀ ਸਾਡਾ ਰੋਜ਼ਾਨਾ ਜਿਹੜੀ ਹੈਗੀ ਆ ਰੂਟੀਨ 'ਚ ਵਰਤੋਂ 'ਚ ਆਉਣ ਵਾਲੀ ਚੀਜ਼ ਆ। ਅੱਗੇ ਆਹ ਬਹੁਤ ਹੀ ਗੁਣਕਾਰੀ ਹਰਬ ਹੈਗੀ ਜੀ, ਇਹਦਾ ਨਾਂ ਹੈਗਾ ਭੂਮੀ ਆਂਵਲਾ। ਭੂਮੀ ਆਂਵਲਾ, ਭੂਮੀ ਆਂਵਲਾ, ਅੱਛਾ ਜੀ। ਸੋ ਇਹ ਜੇ ਦੇਖੀਏ ਅਸੀਂ ਇਹਦੇ ਪੱਤਿਆਂ ਦੇ ਛੋਟੇ ਛੋਟੇ ਥੱਲੇ ਆਂਵਲੇ ਲੱਗੇ ਹੁੰਦੇ ਨਾ, ਲੱਗੇ ਹੋਏ ਨੇ। ਅੱਛਾ ਜੀ। ਸੋ ਇਹ ਲੀਵਰ ਵਾਸਤੇ ਬਹੁਤ ਹੀ ਗੁਣਕਾਰੀ ਪੌਦਾ। ਅੱਛਾ ਜੀ। ਮਤਲਬ ਜੇ ਫੈਟੀ ਲੀਵਰ ਹੋ ਜਾਂਦਾ, ਕਿਉਂਕਿ ਆਪਾਂ ਨੂੰ ਪਤਾ ਅੱਜ ਕੱਲ੍ਹ ਖਾਣ ਪੀਣ ਜਿਹੜੇ ਨੇ ਜ਼ਹਿਰਾਂ ਖਾਂਦੇ ਅਸੀਂ, ਜ਼ਹਿਰਾਂ ਵਾਲੇ, ਲੀਵਰ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ। ਮਤਲਬ ਆਪਾਂ ਦੇਖੀਏ ਹਰੇਕ ਆ ਮੈਨੂੰ ਫੈਟੀ ਲੀਵਰ ਆ, ਪਰ ਇਹਦੇ ਜਿਹੜੇ ਪੱਤੇ ਥੋੜਾ ਜਿਹਾ ਇਹਨਾਂ ਦਾ ਕਾੜਾ ਬਣਾ ਕੇ ਲੈਣ ਦੇ ਨਾਲ ਇਹ ਕਿੰਨਾ ਕੁ ਬੂਟਾ ਹੋ ਜਾਂਦਾ ਜੀ? ਇਹ ਬਸ ਤੁਸੀਂ ਇਹ ਲਾ ਲਓ ਵੀ ਇਸ ਤੋਂ ਥੋੜਾ ਜਿਹਾ ਵੱਡਾ ਹੁੰਦਾ, ਅੱਛਾ, ਗਮਲੇ ਦੇ ਲੱਗ ਜਾਣਾ, ਤਕਰੀਬਨ 2.5 ਫੁੱਟ ਦਾ ਹੀ ਹੁੰਦਾ ਜੀ। ਠੀਕ ਹੈ ਜੀ। ਹਾਂਜੀ। ਤੇ ਫਿਰ ਇਹਦੇ ਪੱਤੇ ਫੇਰ ਨਿਕਲ ਆਉਂਦੇ ਜਾਂ ਫਿਰ ਸੁਕਾ ਦੇ? ਇਹ ਵੈਸੇ ਸਰਦੀ ਦੇ ਵਿੱਚ ਖਤਮ ਹੋ ਜਾਂਦਾ। ਅੱਛਾ ਜੀ। ਠੰਡ ਬਰਦਾਸ਼ਤ ਨਹੀਂ ਕਰਦਾ ਤੇ ਉਸ ਤੋਂ ਬਾਅਦ ਇਹ ਆਪਣੇ ਆਪ ਹੀ ਫੇਰ ਉੱਗ ਆਉਂਦਾ, ਕਿਉਂਕਿ ਇਹਦੇ ਜਿਹੜੇ ਫਰੂਟ ਲੱਗਦਾ ਨੀਚੇ, ਤੁਹਾਨੂੰ ਦੱਸਿਆ ਮੈਂ, ਜੜਾਂ ਦੇ ਵਿੱਚ ਇਹ ਨੀਚੇ ਘਿਰ ਜਾਂਦਾ, ਉੱਥੇ ਦੁਬਾਰੇ ਫੇਰ ਮਤਲਬ ਕਿ ਪੌਦੇ ਦੇ ਤਿਆਰ ਹੋ ਜਾਂਦੇ। ਠੀਕ ਹੈ। ਠੀਕ ਹੈ। ਤੇ ਆਹ ਜਿਹੜਾ ਪੌਦਾ ਹੈਗਾ ਇਹ ਹੈਗਾ ਆਪਣਾ ਹੋਮਿਓਪੈਥੀ ਦੇ ਵਿੱਚ ਵੀ ਐਂਡੋਗ੍ਰਾਫਿਸ ਦਵਾਈ ਆਉਂਦੀ ਆ, ਉਹ ਮਤਲਬ ਕਿ ਬਹੁਤ ਹੀ ਗੁਣਕਾਰੀ ਪੌਦਾ ਹੈਗਾ। ਵੈਸੇ ਇਹ ਵੀ ਠੰਡ ਚ ਖਤਮ ਹੋ ਜਾਂਦਾ। ਇਸਬਗੋਲ ਦਾ ਬਰਾਂਦਾ ਹੈਗਾ ਜੀ, ਕਬਜ਼ੀ ਨੀ ਹੋਣ ਦਿੰਦਾ। ਅੱਛਾ ਜੀ। ਕਬਜ਼ੀ ਤੋਂ ਜਿਹੜਾ ਹੈਗਾ ਇਹ ਬਹੁਤ ਹੀ ਗੁਣਕਾਰੀ ਆ, ਇਹਦਾ ਬਰਾਦਾ ਜਿਹੜੇ ਸੀਡ ਨੇ ਪੀਸ ਕੇ ਉਹ ਲਿਆ ਜਾਂਦਾ। ਠੀਕ ਹੈ ਜੀ। ਹਾਂਜੀ ਹਾਂਜੀ। ਸੋ ਇਸ ਤੋਂ ਅੱਗੇ ਆ ਗਈ ਸਾਡੀ ਸਫੈਦ ਮੂਸਲੀ ਆ ਗਈ ਜੀ। ਹਾਂਜੀ, ਸਫੈਦ ਮੂਸਲੀ। ਇਹ ਵੀ ਬਹੁਤ ਗੁਣਕਾਰੀ ਜੜੀ ਬੂਟੀ ਆ, ਮੂਸਲੀ ਤੋਂ ਭਾਵ ਜੜ। ਹਾਂਜੀ। ਸੋ ਇਹਦੀਆਂ ਜਿਹੜੀਆਂ ਸੁੱਕੀਆਂ ਜੜਾਂ ਨੇ ਇਹ ਮਤਲਬ ਸਾਡੇ ਕੰਮ ਆਉਂਦੀਆਂ ਨੇ, ਇਹਨਾਂ ਦਾ ਪਾਊਡਰ ਬਣਾ ਕੇ ਜਿਹੜਾ ਹੈਗਾ ਇਹ ਲਿਆ ਜਾਂਦਾ। ਸੋ ਹੁਣ ਜਿਸ ਤਰ੍ਹਾਂ ਸਰਦੀਆਂ ਆ ਰਹੀਆਂ ਨੇ, ਉਹ ਸਰਦੀਆਂ ਦੇ ਵਿੱਚ ਆਪਾਂ ਅਕਸਰ ਘਰਾਂ ਦੇ ਵਿੱਚ ਪਨੀਰੀ ਵਗੈਰਾ ਬਣਾਉਂਦੇ ਹਾਂ, ਤਾਂ ਉਹਦੇ ਵਿੱਚ ਪੀਸ ਕੇ ਦੀਆਂ ਜੜਾਂ ਪਾਈਆਂ ਜਾਂਦੀਆਂ ਨੇ, ਤਾਂ ਕਿ ਸਾਡਾ ਜਿਹੜਾ ਸਰੀਰ ਆ ਉਹ ਤੰਦਰੁਸਤ ਰਹੇ। ਉਹ ਮਤਲਬ ਸਰੀਰਕ ਤਾਕਤ ਦੇ ਲਈ ਜਾਂ ਜੋੜਾਂ ਦੇ ਦਰਦ ਲਈ, ਮਾਸਪੇਸ਼ੀਆਂ ਲਈ ਜਿਹੜੀ ਹੈਗੀ ਇਹ ਬਹੁਤ ਹੀ ਗੁਣਕਾਰੀ ਔਸ਼ਧੀ ਹੈ। ਬਿਲਕੁਲ, ਜਿਹੜੇ ਵੈਦ ਨੇ ਉਹ ਖਾਸ ਕਰਕੇ ਸਾਰੀਆਂ ਦਵਾਈਆਂ ਦੇ ਵਿੱਚ ਤਾਕਤਾਂ ਦੇ ਵਿੱਚ ਸਪੈਸ਼ਲਿਸਟ ਪਾਉਂਦੇ, ਇਹਦਾ ਇੱਕ ਵਿਸ਼ੇਸ਼ ਜਗ੍ਹਾ ਹੈਗੀ ਆ। ਠੀਕ ਹੈ। ਹਾਂਜੀ। ਸੋ ਇਹ ਪਿੱਪਲੀ ਮਾਘ ਆ ਗਈ ਜੀ। ਹਾਂਜੀ। ਮਸਾਲੇ ਵਾਲਾ ਬੂਟਾ। ਅੱਛਾ ਜੀ। ਸੋ ਇਹਨੂੰ ਮਗਾ ਲੱਗਦੀਆਂ ਨੇ। ਅੱਛਾ ਜੀ। ਸੋ ਉਹ ਮਸਾਲੇ ਦੇ ਵਿੱਚ ਪੈਂਦੀਆਂ ਨੇ, ਸੋ ਇਹ ਵੀ ਸਾਡੇ ਹਾਜ਼ਮੇ ਲਈ ਬਹੁਤ ਗੁਣਕਾਰੀ ਆ। ਠੀਕ ਹੈ ਜੀ। ਕਿਉਂਕਿ ਜਿਹੜਾ ਗਰਮ ਮਸਾਲਾ ਜਿਹਨੂੰ ਆਪਾਂ ਕਹਿੰਦੇ ਨਾ, ਇਹਦੇ ਵਿੱਚ ਜਿੰਨੀਆਂ ਵੀ ਜੜੀਆਂ ਬੂਟੀਆਂ ਪੈਂਦੀਆਂ ਨੇ, ਸੋ ਸਾਰੀਆਂ ਹੀ ਸਾਡੇ ਮੇਦੇ ਵਾਸਤੇ, ਸਾਡੀ ਖੁਰਾਕ ਜਿਹੜੀ ਬਣਦੀ ਆ ਉਹਨੂੰ ਹਜ਼ਮ ਕਰਨ ਦੇ ਲਈ, ਮੇਦੇ ਨੂੰ ਤਾਕਤ ਦੇਣ ਲਈ ਜਿਹੜੀਆਂ ਨੇ ਇਹ ਬਹੁਤ ਹੀ ਗੁਣਕਾਰੀ ਔਸ਼ਧੀਆਂ ਨੇ। ਸੋ ਇਸੇ ਕਰਕੇ ਜਿਹੜਾ ਹੈਗਾ ਸਾਡੇ ਇੰਡੀਆ ਦੇ ਵਿੱਚ ਇਹ ਮਸਾਲਿਆਂ ਦਾ ਜਿਹੜਾ ਹੈਗਾ ਇਸਤੇਮਾਲ ਕੀਤਾ ਜਾਂਦਾ। ਠੀਕ ਹੈ ਜੀ। ਹਾਂਜੀ। ਇਸ ਤੋਂ ਅੱਗੇ ਸਾਡੇ ਕੋਲ ਆਹ ਪੌਦਾ ਆ ਗਿਆ ਜੀ, ਇਹਨੂੰ ਪਾਰੀਜਾਤ ਕਹਿੰਦੇ ਆ। ਅੱਛਾ ਜੀ। ਆਪਣੇ ਲੋਕਲ ਭਾਸ਼ਾ ਚ ਇਹਨੂੰ ਹਾਰ ਸ਼ਿੰਗਾਰ ਕਹਿ ਦਿੰਦੇ ਆ। ਹਾਰ ਸ਼ਿੰਗਾਰ, ਠੀਕ ਹੈ। ਸੋ ਇਹ ਵੀ ਬਹੁਤ ਗੁਣਕਾਰੀ ਪੌਦਾ। ਇਹਦੇ ਜਿਹੜੇ ਪੱਤੇ ਨੇ, ਇਹ 4-5 ਪੱਤੇ ਲਓ, ਇਹਨਾਂ ਦਾ ਕਾੜਾ ਬਣਾ ਕੇ ਤੁਸੀਂ ਇਸਤੇਮਾਲ ਕਰੋ। ਜਿਹੜੇ ਬੰਦੇ ਨੂੰ ਜੋੜਾਂ ਦਾ ਦਰਦ, ਗੋਡਿਆਂ ਦਾ ਦਰਦ ਹੈਗਾ ਜਾਂ ਰੀੜ੍ਹ ਦੀ ਹੱਡੀ ਦਾ ਦਰਦ ਹੁੰਦਾ, ਉਹਦੇ ਵਾਸਤੇ ਬਹੁਤ ਹੀ ਗੁਣਕਾਰੀ ਔਸ਼ਧੀ ਹੈ, ਇਹਦਾ ਕਾੜਾ ਕੰਮ ਆਉਂਦਾ। ਸੋ ਹੁਣ ਜਿਸ ਤਰ੍ਹਾਂ ਮੌਸਮ ਆ ਗਿਆ, ਅੱਜ ਕੱਲ੍ਹ ਇਹਨੂੰ ਫੁੱਲ ਆਉਣੇ ਸ਼ੁਰੂ ਹੋ ਗਏ, ਇਹਨੂੰ ਸਫੈਦ ਰੰਗ ਦੇ ਫੁੱਲ ਲੱਗਦੇ ਆ, ਡੰਡੀ ਜਿਹੜੀ ਉਹਨਾਂ ਦੀ ਸੰਤਰੀ ਰੰਗ ਦੀ ਹੁੰਦੀ ਹੈ। ਸੋ ਉਹ ਫੁੱਲ ਨੇ ਜਿਹੜੇ, ਉਹਨਾਂ ਦਾ ਵੀ ਤੁਸੀਂ ਚਾਹ ਪੀ ਸਕਦੇ ਹੋ ਬਣਾ ਕੇ। ਜਿਹੜੇ ਅੱਜ ਕੱਲ੍ਹ ਡੇਂਗੂ ਵਗੈਰਾ ਹੁੰਦਾ ਤਾਂ ਉਹਦੇ ਨਾਲ ਕੀ ਹੁੰਦਾ ਵੀ ਸੈੱਲ ਘੱਟ ਜਾਂਦੇ ਨੇ, ਇਹਦਾ ਕਾੜਾ ਪੀਏ ਤਾਂ ਸੈੱਲਾਂ ਦੀ ਪੂਰਤੀ ਕਰ। ਵੈਸੇ ਇਹ ਬੂਟਾ ਖੁਸ਼ਬੂਦਾਰ ਹੈ, ਇਹਨੂੰ ਲਾਈਟ ਜੈਸਮੀਨ ਵੀ ਕਹਿੰਦੇ ਨੇ, ਰਾਤ ਨੂੰ ਖੁਸ਼ਬੂ ਆਉਂਦੀ ਆ। ਹਰ ਘਰ ਦੇ ਵਿੱਚ ਇਹ ਪੌਦਾ ਹੋਣਾ ਜ਼ਰੂਰੀ ਆ। ਗੁਰਦੁਆਰਾ ਸਾਹਿਬ ਦੇ ਵਿੱਚ ਵੀ ਪਾਰਜਾਤ ਜਿਹੜੇ ਹੈਗੇ ਨਾ, ਇਹਦੇ ਪੌਦੇ ਦਾ ਵਰਣਨ ਆ। ਹਾਰ ਸ਼ਿੰਗਾਰ ਨਾਲੇ ਨਾ ਹੀ ਬੜਾ ਉਸ ਤਰ੍ਹਾਂ ਦਾ, ਇਹਦੇ ਪੱਤਿਆਂ ਦੇ ਵਿੱਚੋਂ ਲਸਣ ਵਰਗੀ ਸੁਗੰਧੀ ਆਉਂਦੀ ਆ। ਅੱਛਾ ਜੀ। ਗੁੜਹਲ ਜਿਹੜੀ ਹੈਗੀ ਆ, ਇਹਦੇ ਫੁੱਲਾਂ ਦੀ ਅਸੀਂ ਚਾਹ ਵੀ ਬਣਾ ਕੇ ਪੀ ਸਕਦੇ ਹਾਂ, ਐਂਟੀ ਆਕਸੀਡੈਂਟ ਆ ਇਹ। ਅੱਛਾ ਜੀ, ਠੀਕ ਹੈ। ਉਹ ਬਹੁਤ ਗੁਣਕਾਰੀ ਹੈ। ਸੋ ਇਹਦੇ ਜਿਹੜੇ ਪੱਤੇ ਨੇ
ਇਹਨਾਂ ਨੂੰ ਉਬਾਲ ਕੇ ਇਹਦੇ ਵਿੱਚ ਅਸੀਂ ਮਹਿੰਦੀ ਪਾ ਲਓ ਤੇ ਆਪਣਾ ਉਹਦੇ ਵਿੱਚ ਪਾ ਕੇ ਆਪਾਂ ਨਾਰੀਅਲ ਦੇ ਤੇਲ ਦੇ ਵਿੱਚ ਸੋ ਵਾਲਾਂ ਨੂੰ ਲਾ ਸਕਦੇ ਹਾਂ। ਉਹਦੇ ਨਾਲ ਜਿਹੜਾ ਪ੍ਰੀ ਮੈਚੁਰ ਗਰੇਇੰਗ ਹੈਗੀ ਆ ਜਿਹੜਾ ਆਪਾਂ ਕਹਿੰਦੇ ਸਫੈਦ ਹੁੰਦੇ ਨੇ ਹਾਂ ਉਹ ਰੁਕ ਜਾਂਦੀ ਆ। ਸੋ ਇਹ ਵੀ ਬਹੁਤ ਹੀ ਗੁਣਕਾਰੀ ਜਿਹੜੀ ਹੈਗੀ ਆ ਇੱਕ ਪੌਦਾ ਹੈਗਾ। ਬਾਕੀ ਆਹ ਪੱਥਰ ਚੱਟ ਆ ਗਿਆ ਜੀ। ਹਾਂਜੀ ਠੀਕ ਹੈ ਜੀ। ਪੱਥਰ ਚੱਟ ਵੀ ਬਹੁਤ ਗੁਣਕਾਰੀ ਪੌਦਾ ਆਪਾਂ ਦੇਖਿਆ ਵੀ ਪਾਕਾ ਨਿਕਲ ਆਉਂਦਾ ਕਈ ਵਾਰ ਗਾੜਾ ਨਿਕਲ ਆਉਂਦਾ ਉਹਦੇ ਉੱਤੇ ਪੱਤੇ ਨੂੰ ਤੇਲ ਲਾ ਕੇ ਤਵੇ ਤੇ ਗਰਮ ਕਰਕੇ ਬੰਨਣ ਦੇ ਨਾਲ ਜਿਹੜਾ ਉਹ ਪਾਕਾ ਉਹ ਫੁੱਟ ਜਾਂਦਾ। ਕਿਸ਼ਰਾਲੀਆਂ ਵਗੈਰਾ ਵੀ ਇਹਦੇ ਨਾਲ ਖਤਮ ਹੋ ਜਾਂਦੀਆਂ ਜੀ। ਕਿਸ਼ਰਾਲੀਆਂ ਵੀ ਖਤਮ ਹੁੰਦੀਆਂ ਨੇ ਜੀ। ਸੋ ਬਾਕੀ ਪੱਥਰ ਚੱਟਾ ਪੱਥਰ ਚੱਟ ਮਤਲਬ ਜਿਵੇਂ ਇਹਦਾ ਨਾਂ ਇੰਡੀਕੇਟ ਕਰਦਾ ਸੋ ਇਹਦਾ ਪੱਤਾ ਚੱਪਣੇ ਨਾਲ ਸਾਡੇ ਗੁਰਦਿਆਂ ਵਗੈਰਾ ਜਿਹੜੀ ਪੱਥਰੀ ਹੁੰਦੀ ਆ ਉਹਨੂੰ ਵੀ ਖਤਮ ਕਰ ਦਿੰਦਾ। ਸੋ ਇਹ ਖਾਣ ਦੇ ਵਿੱਚ ਵੀ ਟੇਸਟੀ ਹੈ। ਸੋ ਇੱਕ ਪੱਤਾ ਸਵੇਰੇ ਇੱਕ ਪੱਤਾ ਸ਼ਾਮ ਜਿਹੜਾ ਹੈਗਾ ਖਾਣ ਦੇ ਨਾਲ ਇਹਦੇ ਨਾਲ ਜਿਹੜੇ ਸਾਡੇ ਗੁਰਦਿਆਂ ਦੀਆਂ ਪੱਥਰੀਆਂ ਨੇ ਉਹ ਖਤਮ ਹੋ ਜਾਂਦੀਆਂ ਨੇ। ਇਹਨੂੰ ਲੀਫ ਆਫ ਲਾਈਫ ਵੀ ਕਿਹਾ ਜਾਂਦਾ। ਠੀਕ ਹੈ ਜੀ ਲੀਫ ਆਫ ਲਾਈਫ। ਹਾਂ ਇਹ ਕੁੱਲ ਮਿਲਾ ਕੇ ਬਹੁਤ ਫਿਰ ਸਾਡੇ ਕੋਲ ਇੱਕ ਬਹੁਤ ਹੀ ਇੰਪੋਰਟੈਂਟ ਜਿਹੜੀ ਜੜੀ ਬੂਟੀ ਆ ਗਈ ਜੀ ਇਹ ਹੈਗੀ ਆ ਬ੍ਰਹਮੀ। ਹਾਂਜੀ ਬ੍ਰਹਮੀ ਯਾਦਦਾਸ਼ਤ ਵਾਸਤੇ ਆ। ਹਾਂ ਇਹ ਬ੍ਰੇਨ ਟੋਨਿਕ ਆ ਇਹ ਯਾਦਦਾਸ਼ਤ ਜਿਹੜੀ ਹੈਗੀ ਆ ਉਹ ਵਧਾਉਣ ਦੇ ਲਈ ਜਾਂ ਦਿਮਾਗ ਦੇ ਜੋ ਵੀ ਬਿਮਾਰੀਆਂ ਨੇ ਉਹਨਾਂ ਦੇ ਲਈ ਬਹੁਤ ਹੀ ਗੁਣਕਾਰੀ ਆ। ਬ੍ਰਹਮੀ ਸਿਰਪ ਆਉਂਦੇ ਨੇ ਮਾਰਕੀਟ ਪਾਚਨ ਸ਼ਕਤੀ ਠੀਕ ਹੁੰਦੀ ਹੈ। ਆਮ ਤੌਰ ਤੇ ਆਪਾਂ ਇਹਨੂੰ ਸਬਜ਼ੀ ਚ ਪਾਉਂਦੇ ਆ ਕਈ ਲੋਕ ਕਹਿੰਦੇ ਕੜੀ ਚ ਪਾਉਣਾ ਖਲੀ ਚ ਨੇ ਕੜੀ ਚ ਨੀ ਪਾਉਣਾ ਕਿਸੇ ਵੀ ਸਬਜ਼ੀ ਦੇ ਵਿੱਚ ਅਸੀਂ ਇਹਦਾ ਇਸਤੇਮਾਲ ਕਰ ਸਕਦੇ ਇਹਦਾ ਪੰਜਾਬ ਦੇ ਵਿੱਚ ਤਾਂ ਨਹੀਂ ਗਾ ਹੋਰ ਸੂਬਿਆਂ ਦੇ ਵਿੱਚ ਆਮ ਆ ਜੇ ਹਰੇਕ ਘਰੇ ਲੱਗਿਆ ਵਾ ਤੇ ਸਬਜ਼ੀ ਦੇ ਵਿੱਚ ਵਰਤਦੇ ਹੀ ਵਰਤਦੇ ਆ। ਸਾਊਥ ਇੰਡੀਆ ਲੋਕ ਨੇ ਜਿਹੜਾ ਕਿਉਂਕਿ ਆਪਣੇ ਲੋਕਾਂ ਨੂੰ ਹਜੇ ਇਹਦੇ ਬਾਰੇ ਗਿਆਨ ਨਹੀਂ ਹੈ ਜਾਣਕਾਰੀ ਪੂਰੀ ਜਾਣਕਾਰੀ ਨਹੀਂ ਹੈ ਹੁਣ ਕੁਛ ਕੁਛ ਲੋਕਾਂ ਨੂੰ ਪਤਾ ਲੱਗਣ ਲੱਗਾ ਕਿਉਂਕਿ ਅੱਜ ਕੱਲ੍ਹ ਜਿਹੜਾ ਹੈਗਾ ਨੈੱਟ ਦਾ ਜ਼ਮਾਨਾ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਪਤਾ ਲੱਗਦਾ ਤੇ ਉਸ ਤੋਂ ਜਾਣਕਾਰੀ ਲੈ ਕੇ ਉਹਨੂੰ ਮਿੱਟੀ ਨਿੰਮਾ ਵੀ ਕਹਿੰਦੇ ਨੇ। ਸੋ ਇਹ ਪੌਦਾ ਵੀ ਹਰ ਘਰ ਦੇ ਵਿੱਚ ਹੋਣਾ ਬੜਾ ਲਾਜ਼ਮੀ। ਸਾਰੇ ਜਾਣਦੇ ਆ ਇਹ ਘਰ ਦੇ ਵਿੱਚ ਜੇ ਲੱਗਿਆ ਹੋਵੇ ਤਾਂ ਵਾਤਾਵਰਨ ਦੀ ਸ਼ੁੱਧੀ ਹੁੰਦੀ ਹੈ ਕੋਈ ਵੀ ਹਾਨੀਕਾਰਕ ਬੈਕਟੀਰੀਆ ਵਾਇਰਸ ਸਾਡੇ ਘਰੇ ਨਹੀਂ ਆਊਗਾ ਕਿਉਂਕਿ ਇਹਦੇ ਵਿੱਚੋਂ ਜਿਹੜੀ ਹਵਾ ਆਉਣੀ ਆ ਉਹ ਸਾਡੇ ਵਾਤਾਵਰਨ ਸਾਰੇ ਨੂੰ ਸ਼ੁੱਧ ਕਰਦੀ ਆ। ਇਹ ਬੂਟਾ ਵੀ ਘਰੇ ਲੱਗਣਾ ਬੜਾ ਜ਼ਰੂਰੀ ਆ। ਤੁਸੀਂ ਦੇਖਿਆ ਹੋਊਗਾ ਮਾਰਕੀਟ ਦੇ ਵਿੱਚ ਟਿੱਕੀਆਂ ਆਉਂਦੀਆਂ ਨੇ ਮੁਸ਼ਕਿਲ ਹੁੰਦੀਆਂ ਪਹਿਲੇ ਸਮੇਂ 'ਚ ਕੀ ਹੁੰਦਾ ਜੇ ਬੁਖਾਰ ਚੜ੍ਹਦਾ ਜਾਂ ਹੋਰ ਹੁੰਦਾ ਬੱਚੇ ਦੇ ਗਲ ਦੇ ਵਿੱਚ ਵੱਢ ਦਿੰਦੇ ਟਿੱਕੀ ਵਾਇਰਸ ਨੂੰ ਰੋਕਦਾ ਵਾਇਰਸ ਨੂੰ ਰੋਕਦਾ ਇਹ ਤਾਂ ਬਿਲਕੁਲ ਉਹ ਤਾਜ਼ਾ ਹੀ ਆਪਾਂ ਆ ਗਿਆ। ਸੋ ਇਹ ਬਹੁਤ ਗੁਣਕਾਰੀ ਸੋ ਇਸ ਤੋਂ ਅੱਗੇ ਆ ਗਿਆ ਜੀ ਆਪਣਾ ਐਰੋਵੇਰਾ ਜਿਹਨੂੰ ਆਪਾਂ ਘੀ ਕੁਮਾਰ ਵੀ ਕਹਿੰਦੇ ਹਾਂ ਇਹ ਵੀ ਬਹੁਤ ਗੁਣਕਾਰੀ ਆ। ਹਾਂਜੀ ਇਹਦੇ ਵਿੱਚੋਂ ਅਸੀਂ ਜਿਹੜਾ ਹੈਗਾ ਗੁੱਦਾ ਕੱਢ ਕੇ ਹਾਂਜੀ ਇਹਨੂੰ ਇਸਤੇਮਾਲ ਕਰ ਸਕਦੇ ਹਾਂ ਮਤਲਬ ਕਿ ਅਸੀਂ ਮਤਲਬ ਪੀਸ ਕੇ ਹਾਂਜੀ ਇਹਦਾ ਜੂਸ ਬਣਾ ਲਓ ਜੂਸ ਬਣਾ ਕੇ ਸਵੇਰੇ ਨਿਰਨੇ ਖਾਲ ਜੇ ਪੀਓ ਤੁਹਾਡਾ ਸਾਰਾ ਮਿਹਨਤ ਸੈੱਟ ਕਰ ਦੂਗਾ। ਬਾਕੀ ਸਾਡੇ ਸਕਿੰਨ ਦੇ ਜਿੰਨੀ ਵੀ ਪ੍ਰੋਬਲਮਸ ਨੇ ਉਹਨਾਂ ਨੂੰ ਠੀਕ ਕਰਦਾ। ਕਿਤੇ ਜ਼ਖਮ ਵਗੈਰਾ ਹੈਗਾ ਜਾਂ ਸਕਿੰਨ ਦੇ ਉੱਤੇ ਕੋਈ ਦਾਗ ਨੇ ਤੁਸੀਂ ਲਗਾਤਾਰ ਇਸ ਨੂੰ ਮਲੀ ਚੱਲੋ ਤਾਂ ਇਹਦੇ ਨਾਲ ਜਿਹੜਾ ਹੈਗਾ ਸਾਡੀ ਸਕਿਨ ਬਿਲਕੁਲ ਸਾਫ਼ ਹੋ ਜਾਂਦੀ। ਇਹ ਐਲਵੀਰਾ ਦੀਆਂ ਹੋਰ ਵੀ ਕਿਸਮਾਂ ਹੁੰਦੀਆਂ ਜੀ? ਹਾਂ ਕਈ ਕਿਸਮਾਂ ਨੇ ਜਿਹਦੀਆਂ ਤੇ ਆਪਣਾ ਸਭ ਨਾਲੋਂ ਉੱਤਮ ਕਿਹੜੀ ਮੰਨੀ ਜਾਂਦੀ ਹੈ ਇਹਦੇ ਵਿੱਚੋਂ? ਤੇ ਇਹਦੇ ਵਿੱਚੋਂ ਬਾਰਬਡੋਸ ਆਉਂਦੀ ਹੈ ਜੀ ਇੱਕ। ਅੱਛਾ ਉਹ ਮਤਲਬ ਖਾਣ ਵਾਲੀ ਕਿਸਮ ਹੈਗੀ ਹੈ ਮਿੱਠਾ ਕਹਿੰਦੇ ਜਿਹਨੂੰ ਆਪਾਂ ਮਿੱਠਾ। ਹਾਂਜੀ ਹਾਂਜੀ ਹਾਂ ਜੀ ਇਹ ਤੁਸੀਂ ਅੱਕ ਵੀ ਲਾਈ ਦੇਖਿਆ ਜੀ? ਇਹ ਸਫੈਦ ਅੱਕ ਆ ਜੀ। ਅੱਛਾ ਜੀ ਇਹਦੇ ਬਹੁਤ ਔਸ਼ਧੀ ਗੁਣ ਨੇ। ਅੱਛਾ ਜੀ ਸੋ ਇਹਦੇ ਜਿਹੜਾ ਫੁੱਲ ਨੇ ਹਾਂਜੀ ਇਹ ਔਸ਼ਧੀ ਵਿੱਚ ਪੈਂਦੇ ਨੇ ਪੇਟ ਦਰਦ ਦੀਆਂ ਜਿਹੜੀਆਂ ਬਿਮਾਰੀਆਂ ਨੇ ਹਾਂਜੀ ਪੇਟ ਦਰਦ ਹੁੰਦਾ ਉਹਦੇ ਵਾਸਤੇ ਜਿਹੜੀਆਂ ਗੋਲੀਆਂ ਬਣਦੀਆਂ ਨੇ। ਠੀਕ ਹੈ ਜੀ ਹਾਂ ਠੀਕ ਇਹ ਵੀ ਬਹੁਤ ਹੀ ਗੁਣਕਾਰੀ ਇੱਕ ਔਸ਼ਧੀ ਹੈ। ਇਹ ਆ ਗਿਆ ਜੀ ਅੱਗੇ
ਇਹ ਅੱਗੇ ਆ ਡੂਸਾ ਆ ਗਿਆ ਜੀ ਪਿੱਛੇ। ਹਾਂਜੀ ਆ ਡੂਸਾ ਆ ਗਿਆ। ਹਾਂਜੀ ਇਹ ਤਾਂ ਪਿਛਲੇ ਸਾਲ ਲਗਾਏ ਸੀ ਸਿਗਰੇ ਲੱਗਿਆ। ਹਾਂ ਇਹ ਵੀ ਕਫਨਾਸ਼ਕ ਆ। ਹਾਂਜੀ ਮਤਲਬ ਕਿਸੇ ਨੂੰ ਸਾਹ ਦੀ ਪ੍ਰੋਬਲਮ ਆ ਤੇ ਚੈਸਟ ਸਾਡੀ ਜਾਮ ਹੋਈ ਪਈ ਆ ਬਲਗਮ ਦੇ ਨਾਲ, ਸੋ ਇਹਦਾ ਕਾੜਾ ਪੀਣ ਦੇ ਨਾਲ ਜਿਹੜਾ ਹੈਗਾ ਮਨੁੱਖ ਠੀਕ ਹੋ ਜਾਂਦਾ। ਕਰੋਨਾ ਕਾਲ ਦੇ ਵਿੱਚ ਇਹਨੇ ਬਹੁਤ ਕੰਮ ਕੀਤਾ, ਕਿਉਂਕਿ ਕਰੋਨਾ ਦੇ ਵਿੱਚ ਕੀ ਹੁੰਦਾ ਵੀ ਸਾਡਾ ਰੈਸਪੀਰੇਟਰੀ ਸਿਸਟਮ ਜਿਹੜਾ ਉਹ ਜਾਮ ਹੁੰਦਾ ਸੀਗਾ, ਸੋ ਇਹਦਾ ਕਾੜਾ ਪੀਣ ਦੇ ਨਾਲ ਸਾਰਾ ਮਤਲਬ ਕਿ ਸਿਸਟਮ ਖੁੱਲ੍ਹ ਜਾਂਦਾ ਸੀ। ਸਾਡੀਆਂ ਬ੍ਰੌਂਕਾਈਜ਼ ਨੇ ਜਿਹੜੀਆਂ ਉਹਨਾਂ ਵਿੱਚ ਜਿੰਨੀ ਵੀ ਬਲਗਮ ਜੰਮੀ ਹੋਈ ਆ ਸਾਰੀ ਸਾਫ਼ ਹੋ ਜਾਂਦੀ ਸੀਗੀ, ਮਨੁੱਖ ਨੂੰ ਸਾਹ ਲੈਣ ਦੇ ਵਿੱਚ ਕੋਈ ਤਕਲੀਫ਼ ਨਹੀਂ ਸੀ। ਅਸਲ ਕਰੋਨਾ ਤੋਂ ਬਾਅਦ ਲੋਕਾਂ 'ਚ ਜਾਗਰਤੀ ਆਈ ਤੇ ਮੈਨੂੰ ਲੱਗਦਾ ਉਸ ਤੋਂ ਬਾਅਦ ਜਿਹੜੇ ਬੂਟੇ ਆ ਜਿਹੜੇ ਲੋਕਾਂ ਨੇ ਬਹੁਤ ਘਰੇ ਲਿਆ ਕੇ ਲਗਾਏ ਆ। ਨਿੰਬੂ ਘਾਹ ਵੀ ਕਹਿੰਦੇ ਆ, ਸੋ ਤੁਸੀਂ ਸਮੈਲ ਲੈ ਕੇ ਦੇਖੋ। ਹਾਂਜੀ ਸੋ ਇਹ ਵੀ ਬਹੁਤ ਗੁਣਕਾਰੀ ਇੱਕ ਜੜੀ ਬੂਟੀ ਆ। ਹਾਂਜੀ ਸੋ ਇਹਦਾ ਜਿਹੜਾ ਹੈਗਾ ਹਾਂਜੀ ਕਾੜਾ ਬਣਾ ਕੇ ਅਸੀਂ ਪੀ ਸਕਦੇ ਆ। ਠੀਕ ਹੈ ਜੀ। ਆਪਾਂ ਚਾਹ ਪੀਨੇ ਆ, ਗ੍ਰੀਨ ਟੀ ਪੀਨੇ ਆ, ਉਹਦੇ ਵਿੱਚ ਪੱਤਾ ਲਓ ਇਹਦਾ ਤੇ 4-5 ਇੰਚ ਦਾ ਉਹਨੂੰ ਉਬਾਲ ਕੇ ਪੀਓ। ਠੀਕ ਹੈ। ਸੋ ਇਹ ਜਿਹੜਾ ਹੈਗਾ ਸਾਡੇ ਹਾਜ਼ਮੇ ਦੇ ਲਈ, ਠੀਕ ਹੈ, ਜੋੜਾਂ ਦੇ ਦਰਦ ਦੇ ਲਈ, ਸਾਡੇ ਸਰੀਰ ਦੇ ਵਿੱਚ ਖੂਨ ਦੇ ਵਿੱਚ ਜਿਹੜਾ ਹੈਗਾ ਆਇਰਨ ਦੀ ਕਮੀ ਨੂੰ ਪੂਰਾ ਕਰਦਾ, ਐਂਟੀ ਆਕਸੀਡੈਂਟ ਹੈ। ਠੀਕ ਹੈ। ਸੋ ਇਹ ਵੀ ਹਰ ਘਰ ਦੇ ਵਿੱਚ ਹੋਣਾ ਬੜਾ ਜ਼ਰੂਰੀ ਹੈ, ਅਸੀਂ ਖੁਦ ਇਹਨੂੰ ਇਸਤੇਮਾਲ ਕਰਦੇ ਹਾਂ। ਹਾਂ ਇਹਦੇ ਪੱਤੇ ਨੂੰ ਸੁਕਾ ਕੇ ਵੀ ਤੁਸੀਂ ਰੱਖ ਸਕਦੇ ਹੋ, ਜੇ ਤਾਜ਼ਾ ਪੱਤਾ ਪਾਓ ਤਾਂ ਇਹ ਜ਼ਿਆਦਾ ਗੁਣਕਾਰੀ ਆ। ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਹਰ ਘਰ ਦੇ ਵਿੱਚ ਹੋਣੀਆਂ ਬੜੀਆਂ ਲਾਜ਼ਮੀ ਨੇ ਜੇ ਅਸੀਂ ਤੰਦਰੁਸਤ ਰਹਿਣਾ, ਬਿਲਕੁਲ ਜੀ ਬਿਲਕੁਲ, ਕਿਉਂਕਿ ਸਾਡੇ ਰਸੋਈ ਦਾ ਹੋਆ ਸਾਰਾ। ਹਾਂਜੀ ਇਹ ਜੀ ਇਹ ਹੈਗਾ ਸਰਪ ਦੰਦਾ, ਰਿਵੋਲਫੀਆ ਸਰਪਲਟਾਈਨਾ, ਹਾਂਜੀ ਇਹਦਾ ਵਿਗਿਆਨਕ ਨਾਂ। ਸੋ ਇਹ ਹਾਈ ਬਲੱਡ ਪ੍ਰੈਸ਼ਰ ਦੀ ਜਿਹੜੀ ਹੈਗੀ ਆ ਉੱਤਮ ਦਵਾ। ਅੱਛਾ ਜੀ ਕਿਵੇਂ ਯੂਜ ਕਰਨਾ ਜੀ ਇਹਨੂੰ? ਇਹਦਾ ਪੱਤੇ ਆਪਾਂ ਸੌਣ ਲੱਗੇ ਰਾਤ ਨੂੰ 2 ਪੱਤੇ ਚੱਬ ਲਓ। ਅੱਛਾ ਜੀ। ਤਾਂ ਉਹਦੇ ਨਾਲ ਜਿਹੜਾ ਸਾਡਾ ਬਲੱਡ ਪ੍ਰੈਸ਼ਰ ਨਾਰਮਲ ਰਹਿੰਦਾ ਤੇ ਬੰਦੇ ਨੂੰ ਨੀਂਦ ਵੀ ਬਹੁਤ ਵਧੀਆ ਆਉਂਦੀ ਆ। ਠੀਕ ਹੈ ਜੀ ਬਹੁਤ ਜ਼ਰੂਰੀ ਆ। ਹਾਂ ਸੋ ਤੇ ਜਿਹੜਾ ਫਲ ਲੱਗਿਆ ਹੋਇਆ ਜੀ? ਹਾਂ ਇਹਦਾ ਫਰੂਟ ਹੈ ਜੀ ਇਹ। ਅੱਛਾ ਜੀ। ਹਾਂ ਇਹ ਮਤਲਬ ਇਹ ਤਾਂ ਇਹ ਖਾਧਾ ਜਾ ਸਕਦਾ ਜੀ? ਇਹ ਨਹੀਂ ਖਾਣ ਦੀ ਲੋੜ ਨਹੀਂ ਜੀ ਇਹਦੀ। ਖੁਰਾਕ ਦੀ ਤਰ੍ਹਾਂ ਐਵਰੀ ਡੇ ਯੂਜ਼ ਕਰੋ। ਹਾਂ ਯੂਜ਼ ਕਰ ਲਓ। ਬਲੱਡ ਪ੍ਰੈਸ਼ਰ ਹੈ ਜਿਹੜਾ ਤੁਹਾਡਾ ਬਲੱਡ ਪ੍ਰੈਸ਼ਰ ਤੁਹਾਡਾ ਨਾਰਮਲ ਰਹੇਗਾ। ਹਾਂਜੀ ਹਾਂਜੀ। ਇੱਕ ਇਹ ਸੀਗਾ ਜੀ ਤੁਹਾਡਾ ਆਪਣਾ ਚਾਹ ਬਣਾ ਲੈਂਦੇ ਆ, ਗੈਸ ਬੰਦ ਕਰ ਦਿਓ, ਚਾਹ ਦੇ ਵਿੱਚ ਜਾਂ ਦੁੱਧ ਦੇ ਵਿੱਚ ਪਾ ਲਓ, ਉਹ ਮਤਲਬ ਉਹਦੇ ਵਿੱਚ ਮਿਠਾਸ ਆ ਜਾਣੀ ਇਹਦੇ ਵਿੱਚੋਂ। ਹਾਂਜੀ ਆ ਦੇਖਿਆ ਜਦੋਂ ਇੱਕ ਪੱਤਾ ਵੀ ਤੁਸੀਂ ਆਪਣੇ ਮੂੰਹ ਚ ਰੱਖ ਲੈਨੇ ਆ ਤੇ ਬਹੁਤ ਜ਼ਿਆਦਾ ਮਿੱਠਾ ਹੋ ਜਾਂਦਾ। ਮੈਂ ਜਿਹੜੀ ਆਪਦੇ ਗ੍ਰੀਨ ਟੀ ਚ ਪਾਉਣਾ ਨਾ ਜੀ ਉਹ ਇਹਨਾਂ ਤੋਂ ਤਿਆਰ ਹੋਈ ਵੀ ਲੱਗਦੀ ਹੈ ਮੈਨੂੰ, ਕਿਉਂਕਿ ਇਹ ਜਿਹੜੀ ਸ਼ੂਗਰ ਆ ਇਹ ਬੜੀ ਹਾਨੀਕਾਰਕ ਆ। ਹਾਂਜੀ ਜੇ ਅਸੀਂ ਤੰਦਰੁਸਤ ਰਹਿਣਾ ਉਹ ਕਹਿੰਦੇ ਵੀ 3 ਜਿਹੜੇ ਚਿੱਟੇ ਨੇ ਉਹਨੂੰ ਖਤਮ ਕਰ ਦਿਓ, ਮੈਦਾ ਹੋ ਗਿਆ, ਹਾਂਜੀ ਨਮਕ ਹੋ ਗਿਆ, ਹਾਂਜੀ ਤੇ ਚੀਨੀ ਹੋ ਗਈ, ਹਾਂਜੀ ਸਿੰਧਾ ਨਮਕ ਵਰਤੋ। ਹਾਂ ਸਿੰਧਾ ਨਮਕ ਵਰਤੋ। ਹਾਂਜੀ ਸੋ ਜਿਹੜਾ ਉਹ ਆਪਣਾ ਸਮੁੰਦਰੀ ਨਮਕ ਕਹਿੰਦੇ ਜਿਹੜਾ ਕਾਲਾ ਵਗੈਰਾ ਦਾ ਹੁੰਦਾ ਉਹਨੂੰ ਅਵਾਇਡ ਕਰੋ, ਹਾਂਜੀ ਤਾਂ ਤੁਸੀਂ ਤੰਦਰੁਸਤ ਰਹਿ ਸਕਦੇ। ਸੋ ਆਪਾਂ ਲਗਭਗ ਸਾਰੇ ਪੌਦਿਆਂ ਬਾਰੇ ਜਿਹੜੇ ਦਵਾ ਪੌਦੇ ਜਿਹਦੇ ਬਾਰੇ ਜਾਣਕਾਰੀ ਲਈ ਆ ਤੇ ਤੁਸੀਂ ਦੇਖਿਆ ਹੋਣਾ ਕਿ ਜਿਹੜੇ ਡਾਕਟਰ ਅਮਰ ਸਿੰਘ ਜੀ ਜਾਂ ਡਾਕਟਰ ਖਾਦਰ ਵਾਲੀ ਜੀ ਉਹਨਾਂ ਨੂੰ ਸੁਣਦੇ ਨੇ ਲਗਾਤਾਰ ਤਾਂ ਉਹ ਜਿੰਨੀਆਂ ਵੀ ਤੁਹਾਨੂੰ ਜਦੋਂ ਕੋਈ ਵੀ ਉਹ ਡਾਇਟ ਪਲਾਨ ਬਣਾਉਂਦੇ ਆ ਤੁਹਾਡਾ ਜਾਂ ਤੁਹਾਨੂੰ ਕੋਈ ਬਿਮਾਰੀ ਹੁੰਦੀ ਆ ਗੰਭੀਰ ਜਾਂ ਕੈਂਸਰ ਵਰਗੇ ਰੋਗ ਨੇ ਜਾਂ ਕੋਈ ਵੀ ਤੁਹਾਡਾ ਰੋਗ ਆ ਤਾਂ ਡਾਕਟਰ ਖਾਦਰ ਵਾਲੀ ਦੀਆਂ ਕਿਤਾਬਾਂ ਵਿੱਚ ਤੁਸੀਂ ਦੇਖਿਆ ਹੋਣਾ ਤੇ ਜਿੱਥੇ ਮੈਰਿਟ ਆ ਜਿਹੜੇ ਉਹ ਦਿੱਤੇ ਜਾਂਦੇ ਆ ਤੇ ਉਹਦੇ ਨਾਲ ਹੀ ਜਿਹੜੇ ਦਵਾ ਪੌਦੇ ਆ ਉਹਨਾਂ ਦੇ ਕਾੜੇ ਜ਼ਰੂਰ ਲਿਖੇ ਜਾਂਦੇ ਆ ਵੱਖ ਵੱਖ ਬਿਮਾਰੀਆਂ ਦੇ ਵਿੱਚ ਕਿ ਉਹਦੇ 'ਚ ਦੱਸਿਆ ਜਾਂਦਾ ਕਿ ਹਾਰ ਸ਼ਿੰਗਾਰ ਕਿੰਨੇ ਦਿਨ ਲੈਣਾ ਕਿਸੇ ਬਿਮਾਰੀ ਵਾਸਤੇ, ਉੱਥੇ ਕੜੀ ਪੱਤਾ ਕਦੋਂ ਲੈਣਾ ਗਾ, ਫਿਰ ਵੱਖ ਵੱਖ ਬਿਮਾਰੀਆਂ ਨੂੰ ਵੱਖ ਵੱਖ ਪੌਦਿਆਂ ਦੇ ਉਹ ਸਾਡੇ ਘਰਾਂ 'ਚ ਹੋਣਗੇ ਤਾਂ ਉਹ ਸਾਨੂੰ ਬਹੁਤ ਆਸਾਨ ਰਹੇਗਾ ਤੇ ਸਾਨੂੰ ਕੋਈ ਪ੍ਰੋਬਲਮ ਆਊਗੀ ਨਹੀਂ ਗੀ। ਇਸ ਕਰਕੇ ਤੁਸੀਂ ਇਹ ਜ਼ਰੂਰ ਜਿਹੜੇ ਦਵਾ ਪੌਦੇ ਆ ਇਹ ਸਾਨੂੰ ਆਪਣੇ ਘਰਾਂ 'ਚ ਲਾਉਣੇ ਬਹੁਤ ਜ਼ਰੂਰੀ ਆ। ਸਾਡਾ ਸਟੋਰ ਆ ਪਾਬਲਿਕ ਗਰੋਸਰੀ ਸਟੋਰ, ਉੱਥੇ ਜਦੋਂ ਅਸੀਂ ਡਾਇਟ ਪਲਾਨ ਬਣਾ ਕੇ ਦਿੰਦੇ ਹਾਂ ਤਾਂ ਬਹੁਤ ਸਾਰੇ ਲੋਕ ਪੁੱਛਦੇ ਆ ਬਈ ਅਸੀਂ ਜਿਹੜੇ ਦਵਾ ਪੌਦੇ ਕਿੱਥੋਂ ਲਿਆਈਏ। ਸੋ ਅੱਜ ਅਸੀਂ ਤੁਹਾਨੂੰ ਇਸ ਲਈ ਮਾਸਟਰ ਜੋਗਾ ਸਿੰਘ ਨਰਸਰੀ ਦੇ ਵਿੱਚ ਤੁਸੀਂ ਆਪਣੇ ਘਰਾਂ ਦੇ ਵਿੱਚ ਇਹ ਪੌਦੇ ਲਾ ਸਕਦੇ ਹੋ ਤੇ ਨਹੀਂ ਫਿਰ ਸਾਨੂੰ ਬਾਜ਼ਾਰ ਦੇ ਵਿੱਚ ਜਦੋਂ ਉਹ ਸੁੱਕੇ ਪੱਤਿਆਂ ਦਾ ਪਾਊਡਰ ਬਣਾ ਕੇ ਉਹ ਲੈਣਾ ਪੈਂਦਾ ਗਾ, ਉਹ ਫਿਰ ਸਾਨੂੰ ਮਹਿੰਗਾ ਵੀ ਪੈਂਦਾ ਗਾ ਤੇ ਉਹਦੇ ਵਿੱਚ ਗੌਣ ਵੀ ਆ ਜਿਹੜੇ ਭਾਵੇਂ ਉਹ ਥੋੜੇ ਘੱਟ ਘੱਟ ਜਾਂਦੇ ਆ। ਇਸ ਕਰਕੇ ਤਾਜ਼ੇ ਸਾਡੇ ਘਰੇ ਲੱਗੇ ਹੋਏ ਹੋਣਗੇ ਉਹਨਾਂ ਦਾ ਇਹ ਫਾਇਦਾ ਕਿ ਉਹਦੇ ਤਾਜ਼ਿਆਂ ਦਾ ਜਿਹੜਾ ਹੈਗਾ ਪੱਤੇ ਲੈ ਕੇ ਉਹਨਾਂ ਅਸੀਂ ਕਾੜਾ ਬਣਾ ਕੇ ਪੀਂਦੇ ਹਾਂ।
तो बहुत ही ज्यादा यार पावरफुल है, साडे सेहत वास्ते ठीक रहिंदा। इसलिए जरूर सानू जिन्ने साडे पंजाब वासी आ उन्हां नूं बेनती है भी अपने घरां दे विच गमलियां दे विच ये पौधे हो जांदे आ, जरूर सारे दे सारे पौधे सानू अपने घरां च लगा लेने चाहीदे आ तां जो कि तंदुरुस्त समाज असर सकीए। सो धन्नवाद जी तुहाडा, माता जी बहुत वड्डी सेवा कर रहे हो, मेहरबानी जी, परमात्मा करवांदा जी असीं कर रहे आ। सो मेरे तक इही कोशिश आ ਵੀ ਆਪਣਾ ਜਿਹੜਾ ਪੰਜਾਬ ਆ ਉਹ ਸਿਹਤਮੰਦ ਰਹੇ। ਹਾਂ ਬਾਕੀ ਅਸੀਂ ਅੱਗੇ ਵੀ ਇਹਨਾਂ ਦੀ ਜਿਹੜੀ ਵੱਖ ਵੀਡੀਓ ਆ ਇੱਕ ਫਲਾਂ ਜਿਹੜੇ ਫਰੂਟ ਨੇ ਇਹਨਾਂ ਦੇ ਫਲਾਂ ਦੇ ਪੌਦੇ ਨੇ ਉਹ 'ਤੇ ਬਣਾਵਾਂਗੇ। ਇੱਕ ਸਾਡੇ ਜਿਹੜੀ ਅਸੀਂ ਆਕਸੀਜਨ ਵਾਲੇ ਜਿਹੜੇ ਪੌਦੇ ਆ ਸਾਡੇ ਘਰਾਂ ਦੇ ਵਿੱਚ ਅੰਦਰ ਸਾਨੂੰ ਕਮਰਿਆਂ ਵਿੱਚ ਲਾ ਸਕਦੇ ਹਾਂ, ਆਕਸੀਜਨ ਛੱਡਦੇ ਨੇ, ਉਹਨਾਂ ਬਾਰੇ ਵੀ ਜਾਣਕਾਰੀ ਲਵਾਂਗੇ। ਅਤੇ ਇੱਕ ਫਲ ਆ, ਕਿਸੇ ਨੂੰ ਸ਼ੌਂਕ ਹੈ ਸਾਡੇ ਘਰ ਫੁੱਲ ਵੀ ਹੋਣ ਜੋ ਬਹੁਤ ਵੱਖ ਵੱਖ ਫੁੱਲ ਨੇ ਉਹਦੇ ਬਾਰੇ ਵੀ ਅਸੀਂ ਇੱਕ ਵੀਡੀਓ ਬਣਾਵਾਂਗੇ ਵੱਖਰੀ। ਸੋ ਸਾਰੀਆਂ ਤੁਸੀਂ ਇਹ ਵੀਡੀਓ ਦੇਖਣ ਲਈ ਦਰਬਾਰ ਏ ਖਾਲਸਾ ਯੂਟਿਊਬ ਚੈਨਲ ਉਹਨੂੰ ਸਬਸਕ੍ਰਾਈਬ ਕਰ ਲਓ। ਉੱਥੇ ਤੁਹਾਨੂੰ ਜਿੱਥੇ ਫਗਵਾੜਾ ਗੁੱਡ ਗਰੋ ਕਰੋਪਿੰਗ ਸਿਸਟਮ ਖੇਤੀ ਦੇ ਨਾਲ ਡਾਕਟਰ ਅਮਰ ਸਿੰਘ ਜੀ ਯਾਦ ਅਤੇ ਸਾਡੇ ਜਿਹੜੀਆਂ ਅੰਗਰੇਜ਼ੀ ਦਵਾਈਆਂ ਤੋਂ ਉਹਨਾਂ ਤੋਂ ਕਿਵੇਂ ਛੁਟਕਾਰਾ ਪਾਉਣਾ, ਇਹ ਸਾਰੇ ਜਿਹੜੇ ਹੈਗੀਆਂ ਵੱਖ ਵੱਖ ਜਾਣਕਾਰੀਆਂ ਉਹ ਤੁਹਾਨੂੰ ਸਾਡੀ ਸਿਹਤ ਨਾਲ ਸੰਬੰਧਿਤ ਕੁਦਰਤ ਦੇ ਨਾਲ ਸੰਬੰਧਿਤ ਉੱਥੋਂ ਮਿਲਣਗੀਆਂ। ਸੋ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਮਾਸਟਰ ਜੋਗਾ ਸਿੰਘ ਜੀ ਤੁਹਾਡਾ ਦਰਬਾਰੇ ਖਾਲਸਾ ਵਾਸਤੇ ਟਾਈਮ ਕੱਢਣ ਤੇ ਵਡਮੁੱਲੇ ਵਿਚਾਰ ਦੇਣ ਤੇ ਬਹੁਤ ਬਹੁਤ ਧੰਨਵਾਦ। ਮੈਂ ਕੈਮਰਾਮੈਨ ਸਵਰਨ ਸਿੰਘ ਧਾਲੀਵਾਲ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ।